ਰਾਮਮੰਡੀ ਦੇ ਬੱਗੀ ਰੋਡ ਸਥਿਤ ਸਟਾਪਲਸ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਪ੍ਰਿੰਸੀਪਲ ਸਾਰਿਕਾ ਸ਼ਰਮਾ ਦੀ ਵਿਸ਼ੇਸ਼ ਅਗਵਾਈ ਵਿੱਚ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਸਟਲ ਵਿਸਟਾ ਨਾਮ ਹੇਠ ਵਿਦਾਇਗੀ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜਦਕਿ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਟੇਜ ਸੰਭਾਲਣ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਿੱਖਿਆ ਦੇਣ ਵਾਲੇ ਸਮੂਹ ਅਧਿਆਪਕਾਂ ਅਤੇ ਪ੍ਰਿੰਸੀਪਲ ਸਾਰਿਕਾ ਸ਼ਰਮਾ ਨੂੰ ਸਟੇਜ 'ਤੇ ਬੁਲਾ ਕੇ ਵਿਸ਼ੇਸ਼ ਚਿੱਤ ਦੇ ਕੇ ਸਨਮਾਨਿਤ ਕੀਤਾ ਗਿਆ। ਸਟਾਪਲਸ ਕਾਨਵੈਂਟ ਸਕੂਲ ਦੇ ਹੈਵ ਆਰਗਨਾਈਜ਼ਡ ਅ ਫੇਅਰਵੈਲ ਪਾਰਟੀ ਫੋਰ ਦਾ ਆਊਟਗੋਇੰਗ ਸਟੂਡੈਂਟਸ ਆਫ ਪਲੱਸ ਟੂ ਕਲਾਸ, ਸੋ ਵੀ ਆਲ ਆਰ ਬਲੈਸਿੰਗ ਦੈਮ ਫੋਰ ਦੇਅਰ ਬ੍ਰਾਈਟ ਫਿਊਚਰ। ਦੇ ਵਰ ਵੈਰੀ ਗੁੱਡ ਸਟੂਡੈਂਟਸ ਆਫ ਆਰ ਸਕੂਲ ਐਂਡ ਦੇ ਹੈਵ ਆਲਵੇਜ਼ ਬੀਨ ਅ ਵੈਰੀ ਬਿਗ ਪਾਰਟ ਐਂਡ ਬਿਗ ਸਪੋਰਟ ਟੂ ਆਰ ਆਲ ਦਾ ਟੀਚਰਸ। They were very disciplined and I bless them that they will have a very bright and shining future ahead. Haan ji, aaj Star Plus school mein humne ek farewell party manayi jiska naam tha Hostel Avista. Is party mein humne 11th student 11th class ke sabhi students ne plus 2 class ke sabhi students ke liye farewell party rakhi thi aur isme sabhi plus 2 class ke students ko sammanit kiya gaya aur sabhi teachers ko bhi sammanit kiya gaya jinhone hame padhaya hai. And today we all are feeling very proud to be a part of Star Plus Convent School. Haan ji, aaj sanu plus 1 de vidyarthiyan ne farewell party ditti jis da naam Hostel Vista hai. ਇਹ ਸਾਨੂੰ ਪਾਰਟੀ ਬਹੁਤ ਹੀ ਚੰਗੀ ਲੱਗੀ ਅਤੇ ਇਸ ਸਕੂਲ ਵਿੱਚ ਅਸੀਂ ਜੀ ਨਰਸਰੀ ਤੋਂ ਪੜ੍ਹ ਰਹੇ ਹਾਂ। ਇੱਥੋਂ ਦੀ ਸਿੱਖਿਆ ਬਹੁਤ ਹੀ ਉੱਚਾ ਹੈ ਅਤੇ ਜੋ ਕਿ ਨਾਲ ਦੇ ਹੋਰ ਕਿਸੇ ਸਕੂਲ ਤੋਂ ਨਹੀਂ ਮਿਲਦੀ। ਇੱਥੋਂ ਦੇ ਟੀਚਰ ਵੀ ਬਹੁਤ ਸਹਿਯੋਗੀ ਹੈ, ਜਦੋਂ ਵੀ ਸਾਨੂੰ ਉਹਨਾਂ ਦੀ ਜ਼ਰੂਰਤ ਪਈ ਉਹਨਾਂ ਨੇ ਸਾਡੀ ਮਦਦ ਕੀਤੀ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਸਕੂਲ ਤੋਂ ਪੜ੍ਹ ਕੇ ਜਾ ਰਹੇ ਹਾਂ। ਧੰਨਵਾਦ। ਵੈਰੀ ਗੁੱਡ। ਰਾਮ ਮੰਡੀ ਤੋਂ ਪਰਮਜੀਤ ਲਹਿਰੀ ਦੀ ਰਿਪੋਰਟ, ਚੈਨਲ 2।